ਮੁੰਡਾ ਟਰਾਲਾ ਖਾ ਕੇ ਗਿਆ ਸੀ, ਕਹਿੰਦੇ ਕੱਸੀਆਂ ਦੀ ਰੋਟੀ ਖਾਣੀ, ਢਾਬਿਆਂ ਦੀ ਰੋਟੀ ਖਾਣੀ। ਅਹ ਜਵਾਨ ਤਿਲਕ ਕਿਵੇਂ ਦਾ ਤੜਕੇ ਕੇਲਾ ਖਾ ਕੇ ਆਈ ਸੀ। ਕਹਿੰਦੇ ਢਾਬਿਆਂ ਦੀ ਰੋਟੀ ਖਾਣੀ, ਕੱਸੀਆਂ ਦਾ ਨਹਾਉਣਾ ਹੈ, ਜ਼ਿੰਦਗੀ 'ਚ ਇੱਕੋ ਹੀ ਮਕਸਦ ਲੋਹੇ ਨੂੰ ਧੱਕਾ ਲਾਉਣਾ ਹੈ। ਕੱਟ ਲੈਂਦੇ ਵਿਚਾਰੇ, ਰਾਤਾਂ ਪੈਂਦੀ ਜਿੱਥੇ ਸ਼ਾਮ ਹੈ, ਹੁੰਦੇ ਨਹੀਂ ਐਡੇ ਮਾੜੇ ਜਿੰਨੇ ਬਦਨਾਮ ਹੈ। ਸੋ ਮੈਂ ਤਾਂ ਸਲੂਟ ਕਰਦੀ ਹਾਂ, ਇਹ ਵੀ ਸਾਡੇ ਇੱਕ ਪਰਿਵਾਰ ਦਾ ਹਿੱਸਾ ਹੈ, ਡਰਾਈਵਰ ਵੀਰ ਵੀ ਇੱਧਰੋਂ ਅਨਾਜ ਨੂੰ ਲੈ ਕੇ ਦੂਜੇ ਪਾਸੇ ਜਾਂਦੇ ਆ ਅਤੇ ਭੁੱਖੇ ਲੋਕਾਂ ਨੂੰ ਇਹ ਵੀ ਰਜਾਉਂਦੇ ਆ, ਇਹ ਵੀ ਅੰਨਦਾਤਾ ਜੀ। ਆਹ ਕਨੇਡਾ ਵਾਲਾ ਗੀਤ ਉੱਧਰ ਦਾ ਭਾਈ, ਬਸ ਪੁੱਛੋ ਨਾ, ਸਾਰਾ ਕੰਮ ਇਹਨੂੰ ਪੁੱਤਿਆਂ ਨਾਲ ਪੁੱਠਾ। ਆਪਣੇ ਖੱਬੇ ਹੱਥ ਚੱਲਦੇ ਆ, ਉੱਧਰ ਸੱਚੇ ਹੱਥ ਚੱਲਦੇ ਆ। ਆਪਣੇ ਸਟੇਰਿੰਗ ਦੂਜੇ ਪਾਸੇ ਆ, ਉੱਧਰ ਦੂਜੇ ਪਾਸੇ ਆ। ਆਪਣੇ ਸੁੱਚ ਥੱਲੇ ਨੂੰ ਆਉਣ ਹੁੰਦੀ ਹੈ, ਉੱਧਰ ਤਾਂ ਨੂੰ ਆਉਣ ਹੁੰਦੀ ਹੈ। ਆਪਣੇ ਪੀਰਾਂ ਪੈਗੰਬਰਾਂ ਦੀ ਮਿਹਨਤ ਨਾਲ ਸਦਕਾ ਜੇ ਜਵਾਕ ਹੋ ਜੇ, ਆਪਾਂ ਸੁੱਖਾ ਸੀਨੀਆਂ ਦਿੰਦੇ ਹਾਂ, ਖੁਸਰੇ ਨਚਾਉਂਦੇ ਹਾਂ। ਕਨੇਡਾ ਅਮੈਰੀਕਾ 'ਚ ਕੰਮ ਪੁੱਠਾ, ਜਵਾਕ ਬਾਕਰਾਂ 'ਚ ਪਾਏ ਹੁੰਦੇ ਹੈ ਅਤੇ ਮੇਮਾ ਕੁੱਤੇ ਚੱਕੀ ਫਿਰਦੇ ਹੈ। ਇਸ ਤਰ੍ਹਾਂ ਅੰਗਰੇਜ਼ ਨੇ ਰੋਟੀ ਕਰਤੀ, ਅੱਗੇ ਚਾਚੀ ਲੁੱਟਰ ਸਾਡੇ ਘਰੇ ਰੋਟੀ ਹੈ, ਮੈਂ ਕਿਹਾ ਕੋਈ ਨਹੀਂ ਮੈਂ ਆ ਜਾਊਂਗੀ ਸ਼ਾਮ ਨੂੰ। ਦੋ ਟੇਬਲਾਂ 'ਤੇ ਰੋਟੀ ਲੱਗੀ ਪਈ, ਮੈਨੂੰ ਆਖਿਆ ਤੂੰ ਸਾਡੀ ਗੈਸਟ ਰੋਟੀ ਖਾ, ਮੈਂ ਕਿਹਾ ਨਾ ਭਾਈ ਪਹਿਲਾਂ ਤੂੰ ਖਾ। ਅੰਗਰੇਜ਼ ਆਖੇ ਨਹੀਂ ਜੀ ਤੁਸੀਂ ਖਾਓ, ਮੈਂ ਕਿਹਾ ਨਾ ਜੀ ਤੁਸੀਂ ਖਾਓ। ਜਦੋਂ ਅੰਗਰੇਜ਼ ਨੇ ਬੁਰਕੀ ਤੋੜ ਕੇ ਮੂੰਹ 'ਚ ਪਾਈ, ਫਿਰ ਮੇਰੇ ਸਾਹ 'ਚ ਸਾਹ ਆਇਆ। ਮੈਂ ਕਿਹਾ ਸ਼ੁਕਰ ਹੈ ਪਰਮਾਤਮਾ ਦਾ, ਰੋਟੀ ਤਾਂ ਸਿੱਧੇ ਪਾਸੇ ਦੀ ਖਾਂਦੇ ਆ, ਮੈਂ ਨਹੀਂ ਜਾਂਦੀ ਉੱਧਰ ਹੁਣ। ਕਹਿੰਦੇ ਜੀ ਰਾਹ ਜਾਂਦੇ ਨੂੰ ਦਿਲ ਨਾ ਦੇਈਏ, ਭਾਵੇਂ ਲੱਖ ਚਿਹਰੇ 'ਤੇ ਨੂਰ ਹੋਵੇ, ਬੁੱਢੇ ਮਾਂ ਬਾਪ ਨੂੰ ਕਦੇ ਝਿੜਕੀਏ ਨਾ, ਲੱਖ ਬੇਸ਼ੱਕ ਉਹਨਾਂ ਦਾ ਕਸੂਰ ਹੋਵੇ, ਬੁਰੇ ਰਸਤੇ ਵੀ ਮੱਤ ਜਾਈਓ ਅਤੇ ਮੰਜ਼ਿਲ ਕਿਤਨੀ ਕੁ ਦੂਰ ਹੋਵੇ, ਬੁੱਲੇ ਸ਼ਾਹ ਯਾਰੀ ਉੱਥੇ ਲਾਈਏ ਜਿੱਥੇ ਯਾਰੀ ਨਿਭਾਉਣ ਦਾ ਅੱਗੋਂ ਦਸਤੂਰ ਹੋਵੇ। ਕਹਿੰਦੇ ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ, ਸੁੱਕ ਜਾਂਦੇ ਬਾਗ ਕਾਨਿਆਂ ਦੇ, ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ, ਕੁਝ ਲੋਕ ਮਾਰ ਲੈਂਦੇ ਨਾਲ ਤਾਨਿਆਂ ਦੇ, ਕਈ ਲੋਕ ਇਸ਼ਕ ਨੂੰ ਕਹਿਣ ਮਾੜਾ, ਕਈ ਸੜ ਜਾਂਦੇ ਬਾਗ ਪਰਵਾਨਿਆਂ ਦੇ, ਤੇ ਵਿਧੀ ਚੰਦਾ ਇਸ਼ਕ ਦੇ ਬੱਧੇ ਨਹੀਂ ਉਹ ਛੁੱਟਦੇ, ਕੈਦੀ ਛੁੱਟ ਜਾਂਦੇ ਜੇਲ ਖਾਨਿਆਂ ਦੇ। ਕਹਿੰਦੇ ਇਸ਼ਕ ਇੱਲਤ ਹੁੰਦੀ ਵੇਲਣਾ ਤਾਈ, ਤੇ ਕੰਮਾਂ ਵਾਲੇ ਨੂੰ ਕੰਮ ਤੋਂ ਵੇਲ ਕਿੱਥੇ, ਚੋਰ ਚੱਕੇ ਤੇ ਬਲੈਕੀ ਜਾਣਦੇ ਨੇ, ਥਾਣਾ ਤੇ ਸੈਂਟਰ ਜੇਲ ਕਿੱਥੇ, ਜਿਹੜੇ ਪਹਿਲੇ ਸੋਕੇ ਦੇ ਮਾਰੇ ਨੇ ਉਹਨਾਂ ਤਿਲਾਂ ਵਿੱਚ ਤੇਲ ਕਿੱਥੇ, ਬਿਨ ਮੁਰਸ਼ਿਦ ਮਿਲਦੀ ਨਾ ਢੋਈ ਜੱਗ ਤੇ ਕਰਮਾਂ ਬਾਜ ਹੁੰਦੇ ਨਾ ਮੇਲ ਕਿੱਥੇ। ਇਹ ਇਸ਼ਕ ਇੱਕ ਬੱਚੇ ਦਾ ਮਾਂ ਨਾਲ, ਇਹ ਇਸ਼ਕ ਜਿਹਦੀ ਰੱਬ ਨਾਲ ਲਿਵ ਜੁੜ ਜੇ ਉਹਦਾ ਰੱਬ ਨਾਲ ਇਸ਼ਕ, ਜਿਹੜਾ ਧਰਤੀ 'ਤੇ ਜੀਵ ਪੈਦਾ ਹੋ ਗਿਆ ਉਹਨੇ ਇਸ਼ਕ ਕੀਤਾ ਹੀ ਕੀਤਾ। ਇੱਕ ਆ ਸਾਡੀ ਗਵਾਂਢਣ, ਇੰਨੀ ਰੀਸਾਂ ਦੀ ਪੱਟੀ, ਜਿਹੜੀ ਚੀਜ਼ ਮੈਂ ਲਿਆਵਾਂ ਦੂਜੇ ਦਿਨ ਕਿਸ਼ਤਾਂ 'ਤੇ ਲਿਆਵੇ, ਮੈਂ ਫਰਿੱਜ ਲਿਆਂਦਾ ਦੂਜੇ ਦਿਨ ਕਿਸ਼ਤਾਂ 'ਤੇ, ਮੈਂ ਟੈਲੀਵਿਜ਼ਨ ਲਿਆਂਦਾ ਤੀਜੇ ਦਿਨ ਕਿਸ਼ਤਾਂ 'ਤੇ, ਮੈਂ ਭਾਈ ਤੋਤਾ ਲਿਆਈ, ਤੋਤਾ ਤੜਕੇ 4 ਵਜੇ ਉੱਠਿਆ ਕਰੇ,
ਉੱਠਣ ਸਾਰ ਆਰਾਮ ਆਰਾਮ ਬੋਲਿਆ ਕਰੇ। ਗਵਾਂਢਣ ਹੁਣ ਕਿਸ਼ਤਾਂ ਦੇ ਤੋਤਾ ਨਾ ਮਿਲਿਆ, ਜੈ ਵੱਡੀ ਸਸਤਾ ਲਿਆਈ, ਹੁਣ ਉਹਦਾ ਤੜਕ ਤੋਤਾ ਤੜਕੇ 4 ਵਜੇ ਉੱਠਿਆ ਕਰੇ। ਉੱਠਣ ਸਾਰ ਤੇਰੀ ਮਾਂ ਨੂੰ, ਤੇਰੀ ਧੀ ਨੂੰ, ਭੈਣ ਨੂੰ ਗਾਲਾਂ ਦਿਆ ਕਰੇ, ਆ ਕੇ ਮੇਰਾ ਕੁੰਡਾ ਖੜਕਾਤਾ। ਨੀਲ ਉਤਰੋ ਹੋ ਸੁੱਖ ਹੈ, ਕਹਿੰਦੀ ਭੈਣੇ ਨੀ ਕਿੱਥੇ ਸੁੱਖ ਹੈ, ਪੱਟ ਤੇ ਤੇਰੀਆਂ ਰੀਸਾਂ ਨੇ। ਮੈਂ ਕਿਹਾ ਗੱਲ ਕੀ ਹੋ ਗਈ, ਐਸਾ ਚੜਾਇਆ? ਕਹਿੰਦੀ ਮੈਂ ਲਿਆਈ ਤੋਤਾ, ਤੋਤਾ ਗਾਲਾਂ ਦਿੰਦਾ। ਮੈਂ ਕਿਹਾ ਕੋਈ ਨੀ, ਸਕੀਮ ਹੈ। ਕਹਿੰਦੀ ਕੀ? ਮੈਂ ਕਿਹਾ ਸਿਆਣੇ ਬਜ਼ੁਰਗ ਕਹਿੰਦੇ ਆ, ਜਿਹੋ ਜੀ ਸੰਗਤ ਉਹ ਜੀ ਸੋਬਤ, ਜਿਹੋ ਜੀ ਉੱਠਕ ਉਹ ਜੀ ਬੈਠਕ। ਮੈਂ ਕਿਹਾ ਭੈਣੇ ਤੂੰ ਆਪਣੇ ਵਾਲੇ ਤੋਤੇ ਨੂੰ ਸਾਡੇ ਵਾਲੇ ਤੋਤੇ ਕੋਲ ਛੱਡ, ਇਹਨੂੰ ਅਕਲ ਦਿਓ, ਇਹਨੂੰ ਮੱਤ ਦਿਓ। ਉਹ ਆਖੇ ਲੱਗ ਗਈ ਮੇਰੇ, ਮੈਂ ਦੋਨੇ ਤੋਤੇ ਸ਼ਾਮ ਨੂੰ ਪਿੰਜਰੇ ਚ ਪਾਤੇ, ਵੀ ਮਾੜੀ ਮੋਟੀ ਇਹਨੂੰ ਮੱਤ ਦਿਓ। ਦਿਨ ਚੜਿਆ, ਦੋਨੇ ਤੋਤੇ ਨੇ ਚੁੰਝ ਚ ਪਾਈ ਚੁੰਝ, ਮੌਜ ਨਾਲ ਸੁੱਤੇ ਪਏ। ਮੈਂ ਪਿੰਜਰਾ ਹਿਲਾਇਆ, ਬੇ ਮਿੱਠੂ ਰਾਮ ਬੇਨ ਪੁੱਤਿਆਂ ਦੇ ਗੋਡੇ ਗੋਡੇ ਦਿਨ ਚੜਿਆ, ਉੱਠ ਉੱਠ ਕੇ ਰਾਮ ਰਾਮ ਬੋਲ। ਅੱਗੋਂ ਤਾਂ ਮੈਂ ਨੀ ਬੋਲਦਾ। ਮੈਂ ਕਿਹਾ ਕਿਉਂ, ਕੀ ਬਿਮਾਰੀ ਪੈ ਗਈ? ਨਿੱਤ ਰਾਮ ਰਾਮ ਜਪਦਾ ਸੀ, ਅੱਜ ਕਿਉਂ ਨੀ ਜਪਦਾ? ਕਹਿੰਦਾ ਰੱਬ ਦਾ ਨਾਂ ਵਿਆਹ ਦੇ ਮਾਰੇ ਜਪਦੇ ਸੀ, ਰਾਤ ਹੋ ਗਿਆ। ਮੈਂ ਕਿਹਾ ਕਿਵੇਂ? ਕਹਿੰਦਾ ਚੰਦਰ ਗਏ, ਗਵਾਂਢੀ ਵਾਲਾ ਤੋਤਾ ਨੀ ਆਖੇ ਤੋਤੀ ਹੈ, ਆਏ ਹੁੰਦੇ ਆ ਜਾਨਵਰ। ਸੋ ਮਾਪਿਆਂ ਦੀ ਗੋਦੀ ਦਾ ਸ਼ਿੰਗਾਰ ਨਿੱਕੇ ਨਿੱਕੇ ਬੱਚਿਆਂ ਦੇ ਨਾਂ ਤੇ ਮਾਣ ਸਤਿਕਾਰ ਕਰਦੇ ਆ ਸਾਡੀਆਂ ਭੈਣਾਂ। ਕਹਿੰਦੇ ਪੁੱਤਾਂ ਨਾਲ ਸੌਂਦੀਆਂ ਨੇ ਨਾਰਾ ਲੋਕੋ, ਪੁੱਤਾਂ ਨਾਲ ਜੱਗ ਤੇ ਆਉਂਦੀਆਂ ਨੇ ਬਹਾਰਾ ਲੋਕੋ। ਜਦ ਕੋਈ ਔਰਤ ਜੋਧੇ ਸੂਰਮੇ ਨੂੰ ਜਨਮ ਦਿੰਦੀ, ਫਿਰ ਢਾਡੀ ਸੂਰਮੇ ਗਾਉਂਦੇ ਨੇ ਬਹਾਰਾ ਲੋਕੋ। ਸਦਕੇ ਜਾਈਏ ਬਾਬਾ ਬੁੱਢਾ ਸਾਹਿਬ ਦੇ, ਜਿਨ੍ਹਾਂ ਵੰਡੀਆਂ ਗੰਢਿਆਂ ਤੋਂ ਦਤਾਰਾ ਲੋਕੋ। ਹਾਂਜੀ, ਬੇਅੰਤ ਸਿੰਘ 50 ਰੁਪਏ 50 ਮੋੜ, ਹਾਂ ਮੋੜ ਦਿਨੀ ਬਕਾਇਆ ਲਿਖ ਦਿਆ, ਮੈਂ ਮੋੜ ਦਿਨੀ ਆ, ਯਕੀਨ ਕਰੀ ਮੈਂ ਗੱਲ ਸੁਣਾ ਦਿਆ। ਭੈਣ ਲਈ ਆਉਂਦੀ 50 ਹੁਣੀ ਮੋੜ ਦਿਨੀ, ਕੋਈ ਨੀ, ਸਤਿ ਸ੍ਰੀ ਅਕਾਲ ਜੀ, ਆ ਜਾ ਜਾਣ ਜੋਗੇ ਤੀਕ ਤਾਂ ਹੋ ਗਏ, ਐਂ ਕਰ 100 ਮੈਂ ਇੱਥੋਂ ਲੈ ਜਾ, 50 ਹੋ ਗਿਆ ਹਣ ਆ ਜਾ ਲੈ, ਤੇਰੇ ਨਾਲ ਪੈਸੇ ਚੰਗੇ, ਹਾਂ ਵੀ ਫੇਰ ਹੋ ਜਾਣਗੇ ਭੁੱਜ ਕੇ ਜੋਕਰੇ ਵੀ ਲਈ ਜਾਈ। ਨਾ ਨਾ ਇਹ ਹੁੰਦੇ ਆ ਜੀ ਦਿਲ ਮਿਲਣ ਦੀਆਂ ਗੱਲਾਂ। ਕਹਿੰਦੇ ਪੈਸਾ ਕੀ ਮੰਗਣਾ ਕਿਸੇ ਬੈਂਕ ਕੋਲੋਂ ਜਿਹੜਾ ਦੁੱਗਣਾ ਵਿਆਜ ਲਾਵੇ, ਪੈਸਾ ਕੀ ਮੰਗਣਾ ਕਿਸੇ ਸੇਠ ਕੋਲੋਂ ਜਿਹੜਾ ਆਣ ਕੁੰਡਾ ਖੜਕਾਵੇ, ਪੈਸਾ ਕੀ ਮੰਗਣਾ ਕਿਸੇ ਰਿਸ਼ਤੇਦਾਰ ਕੋਲੋਂ ਜਿਹੜਾ ਘਰ ਵਿੱਚ ਕਲੇਸ਼ ਪਵਾਵੇ। ਪੈਸਾ ਮੰਗੀਏ ਤਾਂ ਮੰਗੀਏ ਉਸ ਵਾਹਿਗੁਰੂ ਤੋਂ ਜੋ ਦੇ ਕੇ ਭੁੱਲ ਜਾਵੇ। ਸੋ 13 ਲੱਖ ਰੁਪਇਆ ਮੈਨੂੰ ਦੇ ਗਿਆ, ਧੰਨਵਾਦ। ਹਾਂ ਕੋਈ ਨੀ ਬਹਿ ਜਾ ਹੁਣ। ਸੋ ਭਾਈ ਸ਼ਰਾਬੀ ਹੁੰਦੀ ਇਹੋ ਜਿਹੇ ਆ, ਰਾਤੀ ਪਤੀ ਪਰਮੇਸ਼ਰ ਵੀ ਕਿਹਾ ਗਿਆ ਜੈ ਬੱਟਾ ਡੱਕਿਆ ਡਕਾਇਆ, ਡਾਕਟਰ ਨੂੰ ਫੋਨ ਲਾਈ ਬੈਠਾ, ਅੱਗੇ ਡਾਕਟਰ ਸਾਹਿਬ ਛੇਤੀ ਪਹੁੰਚੋ, ਰਾਤ ਨਸ਼ੇ ਦੀ ਬਾਤ ਕਰ ਚ ਮੇਰੇ ਕੋਈ ਲੱਤ ਵੱਟ ਕੇ ਲੈ ਗਿਆ। ਮੈਂ ਫੋਨ ਫੜਿਆ, ਮੈਂ ਕਿਹਾ ਡਾਕਟਰ ਸਾਹਿਬ ਨਾ ਆਇਓ, ਚੋਰੇ ਨੇ ਦਾਰੂ ਪੀਤੀ ਹੈ,
ਲੱਤਾਂ ਦੋਨੇ ਸਹੀ ਹੈ, ਕੰਜਰ ਪਜਾਮੇ ਦੇ ਇੱਕੇ ਪਾਸੇ ਦੋਨੇ ਪਾਈ ਬੈਠਾ। ਇਹੋ ਜਿਹੇ ਹੁੰਦੇ ਸ਼ਰਾਬੀ। ਕਹਿੰਦੇ ਪੁੱਤ ਪਰਦੇਸਾਂ ਵਿੱਚ ਜਿਹੜੇ ਵੱਸਦੇ, ਵਿੱਚ ਵਿਛੋੜਿਆਂ ਦੇ ਮਾਵਾਂ ਨੂੰ ਜਦਾਈਆਂ ਮਾਰ ਜਾਂਦੀਆਂ, ਜੱਟਾਂ ਨੂੰ ਮਾਰ ਲੈਂਦਾ ਫੀਤਾ ਪਟਵਾਰੀ ਦਾ, ਇੱਕ ਤੋਂ ਵੱਧ ਕੁੜਮਾਈਆਂ ਮਾਰ ਜਾਂਦੀਆਂ, ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਖੱਜਲ ਤੇ ਖੁਆਰੀ, ਫਿਰ ਗਰੀਬਾਂ ਨੂੰ ਮਹਿੰਗੀਆਂ ਦਵਾਈਆਂ ਮਾਰ ਜਾਂਦੀਆਂ। ਕਿਸੇ ਨੂੰ ਪਿਆਰ ਪਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ, ਕਈਆਂ ਨੂੰ ਸਾਰੀ ਜ਼ਿੰਦਗੀ ਬੇਵਫਾਈਆਂ ਮਾਰ ਜਾਂਦੀਆਂ। ਸਾਈਕਲਾਂ ਤੇ ਯਾਤਰਾ ਕਰਦੇ ਨੇ ਜਿਹੜੇ ਮੰਦਰਾਂ ਦੀਆਂ, ਨੇੜੇ ਆ ਕੇ ਪਹਾੜਾਂ ਦੀਆਂ ਚੜ੍ਹਾਈਆਂ ਮਾਰ ਜਾਂਦੀਆਂ। ਪਤਾ ਨਹੀਂ ਸੱਚ ਕੇ ਝੂਠ ਜਾਣ ਜੋਗਿਆ, ਅਕੇ ਮਜ਼ਬੀਆਂ ਮਰਾਸੀਆਂ ਦੇ ਹੁੰਦੇ ਦੇਵੀ ਦੇਵਤੇ ਬਾਲੇ, ਮਹੀਨੇ ਵਿੱਚ 13-14 ਕੜਾਹੀਆਂ ਮਾਰ ਜਾਂਦੀਆਂ। ਸੱਚ ਹੈ, ਗੁੱਸਾ ਨਾ ਕਰਿਓ ਕੋਈ। ਹਾਂਜੀ, ਹੋਰ ਆਹੀ ਹਾਲ ਹੈ। ਹਾਂਜੀ ਮਾਤਾ ਜੀ, ਸਤਿ ਸ੍ਰੀ ਅਕਾਲ ਜੀ। ਮਾਂ ਸੁੱਖਾ ਸੁੱਖ ਦੀ ਮਰਜ਼ੀ ਦੀ ਡੋਲਾ ਲੈ ਕੇ ਅੱਡ ਹੋ ਜਾਂਦਾ, ਕੜਾਹੀਆਂ ਵਿੱਚ ਹੀ ਰਹਿ ਜਾਂਦੀਆਂ। ਮੈਂ ਸਿਫਤ ਵੀ ਕਰ ਦਿੰਦੀ ਹਾਂ। ਕਹਿੰਦੇ ਨਾ, ਇਹਨਾਂ ਨੂੰ ਪਿੱਛੇ ਰੋਕੋ, ਇਹਨਾਂ ਨੂੰ ਅੱਗੇ ਆਉਣ ਦਿਓ, ਗੁਰੂ ਘਰਾਂ ਦੇ ਵਿੱਚ ਉੱਚੀ ਉੱਚੀ ਜਕਾਰੇ ਲਾਉਣ ਦਿਓ। ਸਿੱਖ ਇਤਿਹਾਸ ਦੇ ਵੇਖੋ, ਪੰਨੇ ਫਰੋਲ ਕੇ ਵੱਖਰੀ ਨਿਸ਼ਾਨੀ ਹੈ, ਸਿੱਖ ਇਤਿਹਾਸ ਦੇ ਇਤਿਹਾਸ ਵਿੱਚ ਦਰਜ ਹੈ। ਮਜ਼੍ਹਬੀ ਸਿੱਖ ਦੀ ਵੱਖਰੀ ਕੁਰਬਾਨੀ ਹੈ, ਮਜ਼੍ਹਬੀ ਸਿੱਖ ਦੀ ਵੱਖਰੀ ਕੁਰਬਾਨੀ ਹੈ। ਸੋ ਭਾਈ ਜੀਵਨ ਸਿੰਘ ਦੇ ਨਾਤੇ ਤਾੜੀ ਲਾ ਦਿਓ। ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ, ਜਿਹੜੀ ਪੇਕਿਆਂ ਤੋਂ ਲਿਆਈ ਲੋੜਿਆਂ ਦਾ ਦਾਜ ਹੋਵੇ, ਤੇ ਕੈਲੇ ਫੋਰਨੀਆਂ ਆਪਣੀ ਕੀ ਰੀਸ ਕਰੂ। ਜੇ ਕਿਤੇ ਨਸ਼ੇ ਤੋਂ ਮੁਕਤ ਪੰਜਾਬ ਹੋਵੇ, ਕਲਾਕਾਰ ਦੀ ਭੂਤ ਨਹੀਂ ਭੁਲਾ ਦਿੰਦੇ, ਜਦੋਂ ਮਾੜੀ ਸੌਣ ਤੇ ਮਾੜੇ ਵੱਜਦੇ, ਸਾਜ ਹੋਵੇ ਚੰਗੇ ਭਲੇ ਸਾਜੀਆਂ ਨੂੰ ਉਹ ਕਲਾਕਾਰ ਰੋਲ ਦਿੰਦਾ, ਜਿਹਨੇ ਖੁਦ ਨਾ ਕੀਤਾ ਰਿਆਜ਼ ਹੋਵੇ ਗਊ ਗਰੀਬ ਨੂੰ ਮਿਲੂ ਇਨਸਾਫ ਕਿੱਥੋਂ, ਜਿੱਥੇ ਲੰਡੇ ਤੇ ਲੁੱਚਿਆਂ ਦਾ ਰਾਜ ਹੋਵੇ। ਕਹਿੰਦੇ ਉਸ ਨਗਰ ਦੀ ਰਾਖੀ ਕੌਣ ਕਰੂ, ਜਿਸ ਨਗਰ ਦਾ ਮੁਖੀ ਖੁਦ ਜਨਾਨੀ ਬਾਜ ਹੋਵੇ। ਤੇ ਲੱਕੀ ਸ਼ਾਹ ਧੀਆਂ ਦਾਜ ਨਹੀਂ ਬਲਕਿ ਉਹ ਚੜ੍ਹਨ ਜੱਗ ਤੇ, ਜੇ ਪੁੱਤ ਵੇਚਣ ਦਾ ਨਾ ਰਿਵਾਜ਼ ਹੋਵੇ, ਜੇ ਪੁੱਤ ਵੇਚਣ ਦਾ ਨਾ ਰਿਵਾਜ਼ ਹੋਵੇ। ਥੋੜੀ ਆਵਾਜ਼ ਦੇ ਪੁੱਤੇ ਦੀ, ਫਿਰ ਮੈਂ ਚੁੱਲ੍ਹਾ ਸੁਣਾਵਾਂ। ਭੋਲਾ ਜੀ, ਅੱਜ ਤੋਂ 25 ਸਾਲ ਪਹਿਲਾਂ ਸਾਡੀਆਂ ਦਾਦੀਆਂ ਤੇ ਨਾਨੀਆਂ ਮਿੱਟੀ ਦੇ ਚੁੱਲ੍ਹੇ ਬਣਾਉਂਦੀਆਂ ਸੀ, ਫਿਰ ਚੁੱਲ੍ਹੇ ਵਿੱਚ ਗਿੱਲਾ ਗੋਹਾ ਧਕਾਉਂਦੀਆਂ ਸੀ। ਕਈ ਵਾਰ ਜੇ ਅੱਗ ਬੁੱਝਣ ਦੀ, ਫਿਰ ਲੋਹੇ ਦੀ ਕੜਛੀ ਵਿੱਚ ਗਵਾਂਢੀਆਂ ਨੇ ਘਰੋਂ ਗੋਹਾ ਲੈ ਕੇ ਫਿਰ ਚੁੱਲ੍ਹਾ ਬਾਲਦੀਆਂ ਸੀ। ਜ਼ਿੰਦਗੀ ਭਰ ਕਿਰਸ ਕੀਤੀ, ਕਮਾਈਆਂ ਕੀਤੀਆਂ, ਫਿਰ ਚੁੱਲ੍ਹੇ ਦੀ ਜਗ੍ਹਾ ਸਟੋਪਾਂ ਨੇ ਲੈ ਲਈ, ਫਿਰ ਸਟੋਪਾਂ ਦੀ ਜਗ੍ਹਾ ਗੈਸੀ ਚੁੱਲ੍ਹੇ ਨੇ ਲੈ ਲਈ, ਤੇ ਸਾਡਾ ਮਿੱਟੀ ਦਾ ਚੁੱਲ੍ਹਾ ਘਰਾਂ 'ਚ ਅਲੋਪ ਹੋ ਗਿਆ। ਇੱਕ ਪੱਤਰਕਾਰ ਚੁੱਲ੍ਹੇ ਨਾਲ ਸਵਾਲ ਜਵਾਬ ਕਰਦਾ ਹੈ, ਚੁੱਲ੍ਹਾ ਆਪਣੀ ਦੁੱਖ ਭਰੀ ਕਹਾਣੀ ਪੱਤਰਕਾਰ ਦੇ ਸਾਹਮਣੇ ਐਂ ਰੱਖਦਾ। ਕਹਿੰਦੇ ਵਸਦੇ ਘਰਾਂ ਦੀ ਚੁੱਲ੍ਹਾ ਨਿਸ਼ਾਨੀ ਹੁੰਦੀ ਸੀ, ਕਦੇ ਕਦੇ ਚੁੱਲ੍ਹਾ ਆਪਣਾ ਅੱਗ ਬਗਾਨੀ ਹੁੰਦੀ ਸੀ। ਇੱਕ ਦਿਨ ਸਰਕਾਰੀ ਸਕੂਲ ਦੇ ਟੀਚਰ ਵਾਂਗੂ ਮੈਂ ਵੀ ਤਿਆਰੀ ਕੀਤੀ, ਚੁੱਲ੍ਹਿਆਂ ਦੀ ਚੌਸ਼ਮਾਰੀ ਕੀਤੀ,
ਚੁੱਲਾ ਕਹਿੰਦਾ ਨਾ ਚੁੱਲਾ, ਜਾਤ ਮਿੱਟੀ, ਮਾਂ ਬੋਲੀ ਅੱਗ ਲਿਖੋ ਜੀ, ਨਿੱਤ ਤਪਦਾ ਹਾਂ ਖਪਦਾ ਹਾਂ ਇਹ ਅੱਗ ਲਿਖੋ ਜੀ। ਚੁੱਲਾ ਕਹਿੰਦਾ ਜਦੋਂ ਮੇਰਾ ਪਰਿਵਾਰ 16 ਜੀਆਂ ਦਾ ਹੁੰਦਾ ਸੀ, ਦਾਦਾ ਦਾਦੀ ਚਾਚਾ ਚਾਚੀ ਪੁੱਤਾਂ ਧੀਆਂ ਦਾ ਹੁੰਦਾ ਸੀ, ਉਦੋਂ ਮੈਂ ਇਕੱਲਾ ਖਪਦਾ ਸੀ ਥੱਪਦਾ ਸੀ ਸਾਰੇ ਟੱਬਰ ਨੂੰ। ਚੁੱਲਾ ਕਹਿੰਦਾ ਮੈਂ ਸੰਭਾਲਦਾ ਸੀ ਸਾਰੇ ਟੱਬਰ ਦਾ ਪੇਟ ਭਰ ਕੇ, ਚੁੱਲਾ ਕਹਿੰਦਾ ਮੈਂ ਇਕੱਲਾ ਪਾਲਦਾ ਸੀ। ਜਦੋਂ ਦੇ ਹੋ ਗਏ ਨੇ ਲੱਗੋ ਲੱਗ, ਚੁੱਲਾ ਕਹਿੰਦਾ ਮੇਰੀ 6 ਚੁੱਲਿਆਂ ਵਿੱਚ ਵੰਡੀ ਗਈ ਅੱਗ, 3 ਘਰ ਕਰਜਈ ਨੇ। ਚੁੱਲਾ ਕਹਿੰਦਾ 2 ਘਰ ਨਸ਼ਈ ਨੇ, 1 ਘਰ ਬਾਹਰ ਨਿਕਲ ਗਿਆ ਭੋਲਾ ਜੀ। ਚੁੱਲੇ ਨੇ ਠੰਡਾ ਹੋਂਕਾ ਭਰ ਕੇ ਆਖਿਆ ਸੱਚ ਜਾਣੀ ਪੱਤਰਕਾਰਾ, ਮੇਰੇ ਹੱਥੋਂ ਮੇਰਾ ਸਾਰਾ ਪਰਿਵਾਰ ਨਿਕਲ ਗਿਆ। ਕਬੂਤਰ ਦੇ ਅੱਖਾਂ ਮੀਟਣ ਨਾਲ ਕਿੱਥੇ ਖਤਰੇ ਟਲਦੇ ਨੇ, ਕਬੂਤਰ ਦੇ ਅੱਖਾਂ ਮੀਟਣ ਨਾਲ ਕਿੱਥੇ ਖਤਰੇ ਟਲਦੇ ਨੇ। ਚੁੱਲਾ ਝਗਾੜ ਮਾਰ ਕੇ ਰੋਇਆ। ਅੱਜ ਕੱਲ੍ਹ ਕਹਿੰਦਾ ਪੰਜਾਬ 'ਚ ਮੈਂ ਘੱਟ ਹੀ ਬਲਦਾ ਹੈ, ਆਹ ਚਿੱਟੇ ਕਰਕੇ ਨਸ਼ੇ ਕਰਕੇ। ਚੁੱਲਾ ਕਹਿੰਦਾ ਮੇਰੇ ਨਾਲ ਵੱਧ ਸਿਵੇ ਵੱਲਦੇ ਨੇ, ਚੁੱਲਾ ਕਹਿੰਦਾ ਮੇਰੇ ਨਾਲ ਵੱਧ ਸਿਵੇ ਵੱਲਦੇ ਨੇ। ਸੋ ਭਾਈ ਨਸ਼ੇ ਛੱਡੋ, ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ, ਸਾਡੇ ਮਾਵਾਂ ਦੇ ਚਾਵਾਂ ਨੂੰ ਆਪਾਂ ਦੁਬਾਰੇ ਘਰਾਂ ਵਿੱਚ ਲੈ ਕੇ ਆਈਏ। ਹਾਂ ਬੋਲੋ ਜੀ, ਇੱਕ ਤਾੜੀ ਮਾਰੋ ਜੀ। ਫਿਰ ਚਾਚੇ ਨੂੰ ਤੁਰਨ ਲੱਗ ਕੇ ਤੁਹਾਨੂੰ ਬੜੇ ਇੰਜੋਏ ਕਰ ਰਹੇ ਨੇ, ਉਹ ਬੜਾ ਹਾਸੀ ਮਜ਼ਾਕ ਦੇ ਬਾਦਸ਼ਾਹ ਨੇ ਜੀ। ਆਓ ਜੀ ਗੁਰਪਾਲ ਜੀ, 2 ਮਿੰਟ ਸਿਰਫ ਗੁਰਜੰਟ ਪੋਡੀ ਬੁਰਾ ਮੈਂ ਵੀ ਸੁਣਾਊਂਗਾ ਹਾਲੇ ਜਾ, ਕਿਉਂਕਿ ਜਗਦੇਵ ਜੀ ਕਹਿੰਦੇ ਜੀ ਮੈਂ ਕੋਈ ਕਹਿੰਦੀ ਹਾਲੇ ਜਿੰਨੇ ਕਲਾਕਾਰ ਆ ਇਹਨਾਂ ਨੂੰ ਸੁਣਾ ਦਈਏ, ਬਾਅਦ 'ਚ ਆਪਾਂ ਕਹੋ ਭਿੰਦੇ ਸ਼ਾਹ ਜੀ ਪਹੁੰਚ ਚੁੱਕੇ ਨੇ ਔਰ ਗੁਰੂ ਬਾਈ ਚੱਕ ਵਾਲਾ ਜੀ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਥੋੜ੍ਹੀ ਦੇਰ ਬਾਅਦ ਫਿਰ ਉਹਨਾਂ ਨੂੰ ਮੰਚ 'ਚ ਬੁਲਾਵਾਂਗੇ। ਆਓ ਜੀ ਸੋ ਸਾਰਿਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ। ਸੋ ਤਾੜੀ ਮਾਰ ਦਿਓ ਜੀ ਇੱਕ ਵਾਰ ਇਸ ਮੇਲੇ ਦੇ ਨਾਂ 'ਤੇ ਜਿਨ੍ਹਾਂ ਨੇ ਇਹ ਮੇਲਾ ਕਰਵਾਇਆ।